हेलो, की हाल है तुहाडे सारयां दे? मैं इंदर, मैं कीरा ते तुहाडा बहुत-बहुत स्वागत है साडे YouTube चैनल ते। हटे नहीं ना तुसी? हटे नहीं ना, पार्ट टू पार्ट टू पार्ट टू पार्ट टू करी गए। एने कमेंट आए कि पार्ट टू बनाओ, जा थोड़े करके पार्ट टू बनाओ लग्या, ता वीडियो प्लीज एंड तक देखो। दस दो पार्ट टू का दा। पार्ट टू अच्छा दस्या नहीं, पार्ट टू ओल्ड फोटोज दा, ओल्ड फोटोज दा। ਸੋ ਅੱਜ ਫੇਰ ਅਸੀਂ ਰਿਐਕਟ ਕਰਾਂਗੇ 올ਡ ਫੋਟੋਜ਼ ਤੇ ਤੇ ਇਸ ਵਾਰ ਅਸੀਂ ਜਿਹੜੀ ਆਸਟ੍ਰੇਲੀਆ ਚ ਆਉਣ ਤੋਂ ਬਾਅਦ ਵਾਲੀਆਂ ਪਿਕਚਰਸ ਨੇ ਉਹ ਵੀ ਇਨਕਲੂਡ ਕੀਤੀਆਂ ਨੇ। ਸੋ ਵਿਦਆਊਟ ਵੇਸਟਿੰਗ ਮੱਚ ਟਾਈਮ ਚਲੋ ਸ਼ੁਰੂ ਕਰਦੇ ਹਾਂ। ਤੇ ਪਲੀਜ਼ ਐਂਡ ਤੱਕ ਵੀਡੀਓ ਦੇਖਿਓ ਪਹਿਲਾਂ ਹੀ। ਅਗੀ ਫੋਟੋ ਬੰਦੇ ਤਾਂ ਉਹ ਦੁਨੀਆ ਦੇ ਦੋ ਹੀ ਸੀਗੇ, ਯਾ ਇੱਕ ਇੰਦਰ ਹੈ ਇੱਕ ਕੀਰਤ। लाल पंजाबी जुत्ती नाल चिट्टियां जुराबां। टू गुड उस्ताद, तेरे करके बन के आया सी मैं। क्यों, मैं की क्या सी तुहानू? वैलेंटाइन डे सी गा, आप ही फॉलो बन के आ गए सी गला। तुसी कल्ले रेड रोज नहीं, तुसी रेड पिंक रोज बन के आ ना। मेरे ऐनका भी देखे तो पिंक रंग दी लगी। वाह वाह वाह, एक मिनट, हाथ च रोज आ, हाथ च रोज। मतलब मुंडा थीम नु लेके फोटो शूट करवांदा सी पूरा, भी वैलेंटाइन डे आ ता हाथ च रोज लेके पिंक पेंट पाके लाल पंजाबी जुत्ती पाके ਆਪਾਂ ਸ਼ੂਟ ਕਰਾਂਗੇ ਪੰਜਾਬੀ ਜੁੱਤੀ ਜਰਾਬਾਂ ਨਾਲ। ਆ ਦੇਖੋ, ਹਾਂ ਕੀ ਆ ਦੇ ਚ ਸੋਹਣੀ ਆ, ਕੀ ਹੈ ਇਹ? ਇਹ ਉਦੋਂ ਦੇ ਟਾਈਮ ਚ ਬਸ 3D ਸੂਟ, ਗਰਲਸ ਨੂੰ ਪਤਾ ਹੋਊਗਾ, ਬੋਇਜ਼ ਨੂੰ ਵੀ ਪਤਾ ਹੀ ਹੋਊਗਾ, 3D ਸੂਟ ਬਹੁਤ ਚੱਲੇ ਸੀਗੇ। ਤੇ ਆ ਜਿਹੜੀ ਇਹਨੇ ਆ ਜਿਹੜੀ ਹੀਲ ਪਾ ਰੱਖੀ ਹੈ, ਇੰਨੀ ਕਸਾਈ ਹਰੇਕ ਚੀਜ਼ ਨਾਲ, ਨਾਲ ਹੀਲ ਪਾ ਕੇ ਆ ਜਾਂਦੀ। ਨਹੀਂ ਇਹ ਆ ਮੈਂ ਤੇ ਪਾਈ ਆ, ਉਹ ਬਰਥਡੇ ਡਰੈਸ ਜਿਹੜੀ ਤੁਸੀਂ ਜਿਹੜੀ ਲਾਸਟ ਵੀਡੀਓ ਚ ਬਰਥਡੇ ਡਰੈਸ ਸੀ ਜਿਹੜੀ, ਬਰਥਡੇ ਡਰੈਸ ਦਾ ਇੰਦਰ ਉਹਦੇ ਨਾਲ ਤੁਸੀਂ ਆ ਜੁੱਤੀ ਇਮੇਜਿਨ ਕਰਕੇ ਦੇਖ ਸਕਦੇ ਹੋ ਵੀ ਕਿੱਦਾਂ ਦੀ ਲੱਗੂਗੀ। ਸੋ ਇੰਦਰ ਕਹਿ ਰਹੇ ਸੀਗੇ ਨਾ ਵੀ ਹਜੇ ਤਾਂ ਤੁਸੀਂ ਜੁੱਤੀ ਨਹੀਂ ਦੇਖੀ, ਆ ਦੇਖ ਲਓ ਕੀ ਖਰਾਬੀ ਇਹਦੇ ਚ, ਲਾਲ ਪੰਪਸ ਨੇ, ਰੈੱਡ ਪੰਪਸ ਹਨਾ, ਤੇ ਬਹੁਤ ਸੋਹਣੀ ਸੀ। ਖਰਾਬੀ ਤਾਂ ਉਹਨੂੰ ਪਤਾ ਲੱਗ ਗਿਆ ਜਿਹੜਾ ਜਿਹਨੇ ਨਾਲ ਤੁਰਨਾ ਹੁੰਦਾ। ਜਿਹੜਾ ਸੂਟ ਆ ਇਹ ਲਾਈਕ ਕਾਫੀ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀਗਾ, ਤੇ 3D ਸੂਟ ਸੀਗਾ। ਕਿਹੜੇ ਕਿਹੜੇ ਉਹ ਕਾਫੀ ਸੀਗੇ ਮੈਨੂੰ ਦੱਸ ਦੋ। ਗਾਇਸ ਹਿੰਮਤ ਦੇਖੋ, ਮੈਂ ਬੁਲਟ ਚਲਾ ਕੇ ਆਉਂਦਾ ਹੁੰਦਾ ਸੀ, ਸੋ ਮੈਂ ਬੁਲਟ ਲੈ ਕੇ ਗਿਆ, ਸੋ ਮੈਂ ਬੁਲਟ ਲੈ ਕੇ ਗਿਆ ਸਕੂਲ ਚ ਨਵਾਂ ਨਵਾਂ, ਤੇ ਮੇਰੇ ਬ੍ਰੇਕਾਂ ਦਾ ਹਿਸਾਬ ਤੂੰ ਵੀ ਨਹੀਂ ਸੀਗਾ, ਤੇ ਇਹਦੇ ਪੁੱਠੇ ਪਾਸੇ ਹੁੰਦੇ ਨੇ, ਤੇ ਮੈਂ ਗੇਅਰ ਪਾਉਣ ਦੀ ਬਜਾਏ ਮੈਂ ਬ੍ਰੇਕ ਲਾਤੇ, ਜਦੋਂ ਇੱਕਦਮ ਬ੍ਰੇਕ ਲੱਗੇ ਬਈ ਬੁਲਟ ਡਿੱਗ ਗਿਆ, ਤੇ ਸਾਹਮਣੇ ਕੁੜੀਆਂ ਖੜੀਆਂ ਸੀ, ਮੇਰੀ ਬੜੀ ਲੱਸੀ ਹੋਈ। ਤੁਸੀਂ ਤਾਂ ਟੌਰਚ ਕਰ ਰਹੇ ਹੋ ਨਾ, ਮੁੰਡਾ ਬੁਲਟ ਤੇ ਆ ਰਿਹਾ ਹੈ, ਹੋਰ ਕੀ ਮੈਂ ਪੂਰੀ ਪੂਰੀ ਫਾਰਮ ਚ ਆਣ ਵੀ ਮੁੰਡਾ ਆ ਗਿਆ ਵੀ, ਬਸ ਬਾਈ ਕੋਈ ਕੁੜੀਆਂ ਦੇਖਣ ਖੜ ਕੇ, ਕੁੜੀਆਂ ਨੇ ਸੱਚੀ ਦੇਖਿਆ ਖੜ ਕੇ ਮੇਰੀ ਬੁਲਟ ਦੇ ਥੱਲੇ ਲੱਤ, ਮੈਂ ਤਾਂ ਨਿਕਲੇ ਨਾ, ਮੈਂ ਹੱਕ ਮਾਰੀ ਦੋਸਤਾਂ ਨੂੰ, सुखना लेक दी फोटो कैंट लग रहा कि क्यूट डॉग आ। ਉਹ ਡੌਗ ਕਰਕੇ ਨਹੀਂ ਕਿਤੇ ਆਈ ਸੀ, ਮੈਂ ਉਹਨੂੰ ਐਂ ਬਿਠਾਇਆ ਨੀਚੇ ਡੌਗ ਨੂੰ, ਵੀ ਜਿਵੇਂ ਉਹ ਰਾਜੇ ਰੂਜੇ ਬਹਿੰਦੇ ਹੁੰਦੇ ਸੀ, ਐਂ ਸ਼ੇਰ ਲੈ ਕੇ, ਮੈਨੂੰ ਐਂ ਲੈ ਫੀਲ ਹੁੰਦਾ ਸੀ ਮੈਂ ਸ਼ੇਰ ਰਾਜੇ ਸ਼ੇਰ ਲੈ ਕੇ, ਉਹ ਮੈਨੂੰ ਐਂ ਫੀਲ ਹੁੰਦੀ ਸੀ ਵੀ ਮੈਂ ਸ਼ੇਰ ਲਈ ਬੈਠਾ। ਪਰ ਤੁਸੀਂ ਲੱਗ ਰਹੇ ਹੋ ਕਿਹੜ ਰਹੇ ਹੋ, ਗੈਟ ਲੱਗ ਰਹੇ ਹੋ, ਮੰਨ ਲੈਨੇ, ਹਾਂ ਲੱਗ ਰਹੇ ਹੋ, ਤੇ ਉਹ ਕਿਊਟ ਆ ਬਹੁਤ ਆ ਡੌਗ। ਓਕੇ, ਸੋ ਇਹ ਮੇਰੀ ਫੋਟੋ ਹੈਗੀ ਆ, ਪਹਿਲੀ ਫੋਟੋ ਸਿਟੀ ਚ ਜਿਹੜੀ ਮੈਂ ਖਿਚਵਾਈ ਸੀ, ਇਹਦਾ ਫਲਿੰਡਰ ਸਟਰੀਟ ਜਿਹੜਾ ਇੱਥੇ ਸਟੇਸ਼ਨ ਆ ਉਹ ਲੇਨ ਤੇ, ਟ੍ਰੈਮ ਸਟੇਸ਼ਨ ਹੈ ਨਾ ਇਹ, ਟ੍ਰੈਮ ਸਟੇਸ਼ਨ ਤੇ ਖਿਚਾਈ ਹੋਈ ਆ, ਤੇ 2014 ਦੀ ਫੋਟੋ ਹੈ। ਓਕੇ, ਇਹ ਪਹਿਲਾਂ ਤੁਸੀਂ ਮੇਰੇ ਕੀਤਾ, ਫਿਰ ਮੈਨੂੰ ਗਾਈਸ ਪੈਨ ਵਧੀਆ ਨਹੀਂ ਲੱਗਦਾ, ਇਹ ਤਾਂ ਮੈਂ ਹੱਸ ਕੇ ਫੋਟੋ ਕਰਾ ਲਈ ਉਂਝ, ਪਰ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਜੇ ਮੇਰੇ ਮਾੜਾ ਜਿਹਾ ਵੀ ਕਿਤੇ ਵੀ ਪੈਨ ਲੱਗ ਜਾਂਦਾ ਨਾ, ਤੇ ਇੰਦਰ ਨੇ ਮੇਰੇ ਆਹ ਬਣਾਇਆ ਧੱਕੇ ਨਾਲ ਸਾਰਾ ਕੁਛ, ਫਿਰ ਮੈਂ ਇੰਦਰ ਦੇ ਬਣਾਇਆ,
ਫਿਰ ਅਸੀਂ ਸੋਚਿਆ ਹੁਣ ਬਣ ਤਾਂ ਗਿਆ ਫੋਟੋ ਲੈ ਲੈਂਦੇ ਇੱਕ ਸੋ ਇਦਾਂ ਹੀ ਹੱਸਦੇ ਖੇਡਦੇ ਜ਼ਿੰਦਗੀ ਲੰਘਦੀ ਰਹਿੰਦੀ ਆ ਗਾਇਸ ਆ ਦੇਖੋ ਮੇਰੇ ਜਿੰਨਾ ਹੁਕਰ ਕੌਣ ਹੋ ਸਕਦਾ ਉਦੋਂ ਕਾਲਜ ਟਾਈਮ ਇਹ ਲੱਗਦਾ ਹੁੰਦਾ ਸੀ ਵੀ ਜਿਹੜਾ ਕੋਈ ਹੈਗੀ ਇੰਦਰ ਹੀ ਆ ਬਸ ਮੈਂ ਆਈਪੈਡ ਲਈ ਸੀ ਨਵੀਂ ਨਵੀਂ ਯਾਰ ਨੀ ਆਈਪੈਡ ਚੱਕੀ ਫਰੀ ਕੇ ਨਾਲੇ ਸਾਰੇ ਯਾਰ ਦੋਸਤਾਂ ਨੇ ਫੋਟੋ ਕਰਾਈਆਂ ਐਡੀ ਵੱਡੀ ਆਈਪੈਡ ਰੱਖੀ ਹੋਈ ਗਾਣੇ ਸੁਣਨ ਵਾਸਤੇ ਮੈਨੂੰ ਯਾਦ ਆ ਇਹ ਕਾਲਜ ਚ ਨਾ ਆਈਪੈਡ ਲੈ ਕੇ ਘੁੰਮਦੇ ਰਹਿੰਦੇ ਸੀਗੇ ਨਾਲ ਹੈੱਡਫੋਨ ਲਾ ਕੇ ਆਈਪੈਡ ਘੁੰਮਦੇ ਐਪਲ ਦਾ ਸਾਈਨ ਦਿਖਾ ਕੇ ਸੋ ਜਿਹੜੀ ਆ ਮੈਕਬੁੱਕ ਸੀ ਲਈ ਸੀ ਇਹ ਵੀ ਮੈਂ ਇੰਡੀਆ ਤੇ ਲਈ ਲੈਪਟਾਪ ਰੱਖਿਆ ਹੋਇਆ ਜਿਹੜਾ ਮੇਰਾ ਵੀ ਐਪਲ ਦਾ ਪਹਿਲਾ ਫੋਨ ਸੀਗਾ 5S ਸੀਗਾ ਮੈਂ ਨੋਕੀਆ ਤੋਂ ਸਵਿਚ ਕੀਤਾ ਸੀਗਾ ਤੇ ਬਹੁਤ ਖੁਸ਼ੀ ਸੀਗੀ ਤੇ ਉਹਦੇ ਪਿੱਛੇ ਵੀ ਇੱਕ ਸਟੋਰੀ ਆ ਗਾਈਜ਼ ਅਸੀਂ ਜਿਹੜਾ ਫੋਨ ਸੀਗਾ 5S ਮੈਂ ਇੰਦਰ ਨੂੰ ਕਿਹਾ ਹਨਾ ਮੈਂ ਕਿਹਾ ਇੰਦਰ ਮੈਨੂੰ ਨਾ ਫੋਨ ਲੈਣਾ ਆ 5S ਮੈਂ ਸੋਚ ਰਹੀ ਹਾਂ ਵੀ ਔਨਲਾਈਨ ਆਰਡਰ ਮਤਲਬ ਕਰ ਦਿੰਦੇ ਹਾਂ ਤਾਂ ਇੰਦਰ ਕਹਿੰਦੇ ਹਾਂ ਔਨਲਾਈਨ ਆਰਡਰ ਕਰ ਦਿੰਦੇ ਹਾਂ ਹਨਾ ਤੇ ਔਨਲਾਈਨ ਆਰਡਰ ਕੀਤਾ ਤੇ ਆਰਡਰ ਜਿਹੜਾ ਸੀਗਾ ਉਹ ਇੰਦਰ ਨੇ ਪਿਕਅਪ ਕੀਤਾ ਸੀ ਇੰਦਰ ਨੇ ਨਾ ਖੋਲ ਖੋਲ ਕੇ ਦੇਖਿਆ ਮੈਂ ਕਿਹਾ ਹਨਾ ਚਲਾ ਕੇ ਦੇਖ ਲਓ ਵੀ ਸਾਰਾ ਕੁਝ ਸੈੱਟ ਆ ਸੋ ਇੰਦਰ ਕਹਿੰਦੇ ਯਾਰ ਇਹ ਤਾਂ ਵੋਲਿਊਮ ਨਹੀਂ ਆ ਰਹੀ ਮੇਰੇ ਪੈ ਗਏ ਹੌਲ ਮੈਂ ਕਿਹਾ ਹਾਏ ਮੇਰੇ ਘਰਦਿਆਂ ਨੇ ਮੇਰੇ ਮਾਰ ਦੇਣ ਆਇਆ ਵੀ ਇੰਨੇ ਪੈਸੇ ਵੇਸਟ ਕਰਤੇ ਫੋਨ ਖਰਾਬ ਨਿਕਲਿਆ ਯੇ ਵੋ ਹਨਾ ਵੀ ਕੁਛ ਕਰੋ ਇੰਦਰ ਫੋਨ ਲੈ ਕੇ ਐਪਲ ਕੇਅਰ ਚਲੇ ਗਏ ਚੰਡੀਗੜ੍ਹ ਪਟਿਆਲੇ 'ਚ ਹੈ ਨਹੀਂ ਸੀ ਸੋ ਇੰਦਰ ਗਏ ਚੰਡੀਗੜ੍ਹ ਉੱਥੇ ਉਹਨਾਂ ਨੇ ਨਾ ਪਲਾਸਟਿਕ ਗਾਰਡ ਚਿੱਟੇ ਕੁੜਤੇ ਪਜਾਮੇ ਪਾ ਕੇ ਰੇੜੀ ਰੂੜੀ ਹੋ ਕੇ ਨਿਕਲੇ ਮਾਮਾ ਜੀ ਦਾ ਬੇਟਾ ਸੋ ਅਸੀਂ ਪੂਰਾ ਰੇੜੀ ਸ਼ੇੜੀ ਹੋ ਕੇ ਨਿਕਲੇ ਬਾਹਰ ਵੀ ਪਹਿਲਾਂ ਤਾਂ ਇੰਨੇ ਰੇ ਪਹੁੰਚੇ ਠੀਕ ਹੈ ਸ਼ਿਮਲੇ ਸੋ ਸ਼ਿਮਲੇ ਪਹੁੰਚ ਕੇ ਅਸੀਂ ਪੂਰਾ ਹੋਟਲ ਚੋਂ ਰੇੜੀ ਰੂੜੀ ਹੋ ਕੇ ਕੁੜਤੇ ਪਜਾਮੇ ਪਾ ਕੇ ਚਿੱਟੇ ਵੀ ਲੈ ਬਈ ਹੁਣ ਉੱਥੇ ਨਾ ਮਾਲ ਰੋਡ ਤੇ ਗੇੜੀ ਲਵਾਂਗੇ ਮਾਲ ਰੋਡ ਤੇ ਦੋ ਜਣੇ ਇੱਕ ਮੈਂ ਇੱਕ ਜੱਸੀ ਬਹੁਤ ਕੁਛ ਕੀਤਾ ਬਹੁਤ ਜਿਆਦਾ ਇੰਜੋਏ ਵੀ ਕੀਤਾ ਤੇ ਜਿਹਦੇ ਕਰਕੇ ਸੁਧਰਿਆ ਤਾਂ ਆਹ ਮਾਂ ਕਰਕੇ ਜਿਹੜੀ ਨਿੱਤ ਅਰਦਾਸਾਂ ਕਰਦੀ ਸੀ ਮੇਰੇ ਲਈ ਪਿੰਡ ਚ ਸਾਰੇ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਸੀ ਤਾਂ ਮੰਮੀ ਨੂੰ ਮੈਂ ਹਮੇਸ਼ਾ ਕਹਿੰਦਾ ਮੰਮੀ ਮੇਰੇ ਲਈ ਆਉਂਦੇ ਦੇਖ ਲੈ ਕੇ ਅਗਰ ਮੇਰੀ ਮੰਮੀ ਨੇ ਮੈਨੂੰ ਦੇਖ ਵੀ ਨੀ ਲਿਆ ਕੀਤੀ ਕਹਿੰਦੀ ਹਮੇਸ਼ਾ ਏਦਾਂ ਕਹਿੰਦੀ ਸੀ ਪੁੱਤ ਤੂੰ ਆਪ ਜਾ ਕੇ ਲੈ ਕੇ ਆ ਕਿਸੇ ਤੋਂ ਕੁਛ ਨੀ ਲੈਣਾ ਵੀ ਅੱਜ ਮੈਨੂੰ ਠੀਕ ਹੈ ਸੋਸ਼ਲ ਮੀਡੀਆ ਤੇ ਲੱਖਾਂ ਜਣੇ ਬੋਲਣ ਆਇਆ ਮੇਰੇ ਚ ਇੰਨਾ ਗੁੱਸਾ ਠੀਕ ਹੈ ਮੈਂ ਉਹਨਾਂ ਨੂੰ ਬਰਾਬਰ ਬੋਲ ਸਕਦਾ ਪਰ ਜਿਹੜਾ ਸੁਧਰਿਆ ਤਾਂ ਮੈਂ ਮਾਂ ਕਰਕੇ ਸੁਧਰਿਆ ਮੰਮੀ ਨੇ ਮੈਨੂੰ ਇੱਕ ਗੱਲ ਸਮਝਾਈ ਦੀ ਕੁੱਤੇ ਭੌਂਕ ਭੌਂਕ ਕੇ ਆ ਕੇ ਜਾਣਗੇ ਬਸ ਤੂੰ ਧਿਆਨ ਨਹੀਂ ਦੇਣਾ ਤੂੰ ਬਸ ਚੱਲੀ ਜਾਣਾ ਆਪਦੀ ਚਾਲ ਠੀਕ ਆ ਕਿਸੇ ਵੱਲ ਰਿਐਕਟ ਨਹੀਂ ਕਰਨਾ ਦਿੰਦੇ ਰੱਬ ਦਾ ਨਾਂ ਲਈ ਜਾਈ ਵਾਹਿਗੁਰੂ ਵਾਹਿਗੁਰੂ ਕਰਦਾ ਚਾਹੀ
ਹੋਰ ਕੁਛ ਨਹੀਂ ਲੈਣਾ ਤੈਨੂੰ ਪਰ ਕਿ ਕੁਛ ਕੁ ਚੀਜ਼ਾਂ ਮੈਨੂੰ ਜਿਹੜੀਆਂ ਸਿਖਾਈਆਂ ਨੇ ਸਿੱਖਿਆ ਦਾ ਸਾਰਾ ਕੁਛ ਤਾਂ ਮੈਂ ਆਪਣੀ ਮਾਂ ਤੋਂ ਸਿੱਖਿਆ ਮੈਂ ਆਪਣੀ ਜ਼ਿੰਦਗੀ 'ਚ ਕੋਈ ਏਦਾਂ ਨਹੀਂ ਦੇਖਿਆ ਬੰਦਾ ਜਿਹੜਾ ਮਟੀਰੀਅਲਿਸਟਿਕ ਨਾ ਹੋਵੇ ਮਾੜਾ ਮੋਟਾ ਵੀ ਬਟ ਮੰਮਾ ਨੇ ਉਹਨਾਂ ਨੂੰ ਕੁਛ ਲੈਣਾ ਦੇਣਾ ਨਹੀਂ ਕਿਸੇ ਤੋਂ ਬਸ ਪਾਠ ਕਰਦੇ ਨੇ ਠੀਕ ਹੈ ਕੰਮ ਕਰਦੇ ਨੇ ਆਪਣੇ ਹੋਰ ਉਹਨਾਂ ਨੇ ਤੀਜੀ ਗੱਲ ਕੋਈ ਨਹੀਂ ਕਰਨੀ ਬਸ ਆਪਣੇ ਕੰਮ ਤੋਂ ਮਤਲਬ ਰੱਖਣਾ ਹੈ ਨਾ ਤੇ ਸਹੀ ਚੀਜ਼ਾਂ ਵੱਲ ਧਿਆਨ ਦੇਣਾ ਹਮੇਸ਼ਾ ਤੇ ਸਹੀ ਚੀਜ਼ਾਂ ਲੋਕਾਂ ਨੂੰ ਸਿਖਾਉਣੀਆਂ ਵੀ ਹਨਾ ਪਾਠ ਐਂਡ ਇੱਕ ਗੱਲ ਹੋਰ ਹਨਾ ਮੰਮਾ ਨੂੰ ਤੁਸੀਂ ਜੋ ਮਰਜ਼ੀ ਦੇ ਦਿਓ ਹਨਾ ਪੈਸੇ ਦੇ ਦਿਓ ਉਹ ਸਾਰੇ ਗੁਰਦੁਆਰਾ ਸਾਹਿਬ ਚੜ ਦੇਣਗੇ ਆਪਣੇ ਕੋਲ ਕੁਛ ਵੀ ਨਹੀਂ ਰੱਖਦੇ ਤੁਸੀਂ ਬਲਕਿ ਦੁਨੀਆ ਸਾਰਾ ਕੁਛ ਤੁਸੀਂ ਦਸਵਾਂ ਦੁਨੀਆ ਦਸਵਾਂ ਦਸਾਉਣ ਦੀ ਗੱਲ ਕਰਦੀ ਹੈ ਵੀ ਦਸਵਾਂ ਦਸਾਉਣ ਵੀ ਦਾਨ ਕਰਨਾ ਚਾਹੀਦਾ ਮੇਰੀ ਮਾਂ ਨੂੰ ਜੇ 1,00,000 ਰੁਪਇਆ ਵੀ ਦੇ ਦਿੰਦੇ ਸੀ ਨਾ ਅਸੀਂ ਘਰੋਂ ਜਿੰਨੇ ਵੀ ਪੈਸੇ ਹੁੰਦੇ ਸੀ ਜਾਂ ਬਣਦੇ ਸੀਗੇ ਹਨਾ ਵਿਆਹਾਂ ਤੋਂ ਜਾਂ ਮੰਮੀ ਨੂੰ ਜਿਵੇਂ ਬ੍ਰਦਰ ਨੇ ਦੇਤੇ ਸੀਗੇ ਜਿਵੇਂ ਮਾਮਾ ਜੀ ਦੇ ਜਾਂਦੇ ਸੀਗੇ ਪੈਸੇ ਕਈ ਵਾਰ ਵੀਰੇ 1 ਰੁਪਇਆ ਵੀ ਨਾ ਮੰਮੀ ਆਪਦੇ ਕੋਲ ਹੀ ਰੱਖਦੀ ਸੀ ਜਿੰਨੇ ਪੈਸੇ ਹੁੰਦੇ ਸੀ ਸਾਰੇ ਗੁਰਦੁਆਰਾ ਸਾਹਿਬ ਚੜ ਕੇ ਆਉਂਦੇ ਸੀਗੇ ਤੇ ਦਾਨ ਕਰਕੇ ਆਉਂਦੇ ਸੀ ਗਰੀਬਾਂ ਨੂੰ ਵੀ ਕਹਿੰਦੇ ਵੀ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਪਰਮਾਤਮਾ ਨੇ ਸਭ ਕੁਛ ਦੇਤਾ ਹਨਾ ਤੇ ਬਸ ਜਿਹੜਾ ਮੈਨੂੰ ਸਾਰੇ ਪੁੱਛਦੇ ਨੇ ਤੁਸੀਂ ਡਰਿੰਕ ਕਰਦਾ ਕਿ ਨਹੀਂ ਕਰਦਾ ਮੈਂ ਡਰਿੰਕ ਇਸੇ ਮੇਰੀ ਮਾਂ ਕਰਕੇ ਨਹੀਂ ਕਰਦਾ ਕਿਉਂਕਿ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਦਾਰੂ ਨਹੀਂ ਪੀਣੀ ਹੈਗੀ ਨਸ਼ਾ ਪੱਤਾ ਨਹੀਂ ਕਰਨਾ ਹੈਗਾ ਕਿਉਂਕਿ ਯਾਰ ਉਹ ਤੇ ਆਪੇ ਦੇ ਕੰਟਰੋਲ ਨਹੀਂ ਰਹਿੰਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਆਪਾਂ ਦਾਰੂ ਪੀ ਕੇ ਕੀ ਬੋਲਦੇ ਹਾਂ ਨਸ਼ਾ ਪੱਤਾ ਕਰਕੇ ਕੀ ਬੋਲਦੇ ਹਾਂ ਕਿੰਨੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਦਾਰੂ ਕਰਕੇ ਸ਼ਰਾਬਾਂ ਕਰਕੇ ਬਾਬਾ ਉਹੀ ਜ਼ਿੰਦਗੀ 'ਚ ਬਹੁਤ ਨਜ਼ਾਰੇ ਲਈਦੇ ਨੇ ਲੁੱਟੀਦੇ ਨੇ ਬਸ ਤੂੰ ਹੀ ਨਹੀਂ ਦੱਬਦਾ ਜੱਟ ਕਈ ਲੋਕ ਨੇ ਉਹਨਾਂ ਚ ਲਾਈਕ ਪੀ ਪੂ ਕੇ ਐਨਰਜੀ ਆਉਂਦੀ ਆ ਤੇ ਮੈਂ ਸ਼ਾਂਤ ਹੁੰਦੇ ਆ ਪਰ ਪੀ ਕੇ ਉਹਨਾਂ ਚ ਐਨਰਜੀ ਆਉਂਦੀ ਆ ਪਰ ਪੁਰਾਣਾ ਹੁੰਦਾ ਸੀ ਉਹਦੇ ਮੂੰਹ ਚ ਬਰਫੀ ਪਾ ਕੇ ਫੋਟੋ ਖਿਚਾਇਆ ਹੁੰਦਾ ਏਡਾ ਤਾਂ ਹੁੰਦਾ ਸੀ ਅਸੀਂ ਪਰ ਸ਼ਰਾਬਾਂ ਤੋਂ ਨਸ਼ੇ ਪੱਤਿਆਂ ਤੋਂ ਅਸੀਂ ਦੂਰ ਹੀ ਰਹੇ ਸਹੀ ਗੱਲ ਸੋ ਜ਼ਰੂਰੀ ਨਹੀਂ ਆ ਵੀ ਪੀਣ ਨਾਲ ਹੀ ਤੁਸੀਂ ਲਾਈਫ ਇੰਜੋਏ ਕਰ ਸਕਦੇ ਹੋ ਤੁਸੀਂ ਸਾਨੂੰ ਦੇਖੋ ਜੀ ਬਿਨਾਂ ਪੀਤੇ ਇੰਨੀ ਲਾਈਫ ਇੰਜੋਏ ਕਰਦੇ ਆ ਇੰਨਾ ਐਨਰਜੀ ਕਿਸੇ ਪੀਣ ਵਾਲੇ ਚ ਨਹੀਂ ਹੁੰਦੀ ਜਿੰਨੀ ਅਸੀਂ ਲਾਈਕ ਅਸੀਂ ਐਨਰਜੀ ਨਾਲ ਕਰਦੇ ਆ ਸੀਰੀਅਸਲੀ ਤੇ ਹਰ ਇੱਕ ਪਲ ਇੰਜੋਏ ਕਰਦੇ ਆ ਬੰਦੇ ਦਾ ਦੋ ਹੀ ਸੀਗੇ ਇੱਕ ਲਾਲ ਸੈਂਡਲ ਵਾਲੀ ਕੀਰਤ ਨਹੀਂ ਬੰਦਾ ਇੱਕੋ ਹੀ ਆ ਪਿੰਕ ਪੈਂਟ ਵਾਲਾ ਤੇ ਪੰਜਾਬੀ ਜੁੱਤੀ ਨਹੀਂ ਪਿੰਕ ਪੈਂਟ ਵਾਲਾ ਤੇ ਰੈੱਡ ਪੰਜਾਬੀ ਜੁੱਤੀ ਵਿਦ ਜਰਾਬਾਂ ਵਾਲਾ ਇੰਦਰ ਇੱਕੋ ਹੀ ਬੰਦਾ ਨਹੀਂ ਜੇ ਉਹ ਜੁੱਤੀ ਦੁਆਰੇ ਬਾਹਰ ਆ ਗਈ ਤਾਂ ਪਟਿਆਲੇ ਚ ਅੱਗ ਲੱਗਣ ਦੇ ਆਸਾਰ ਪਟਿਆਲੇ ਚ ਅੱਗ ਵੀ ਲੱਗ ਗਈ ਮੈਂ ਤਾਂ ਕਿੱਥੇ ਕਹਿ ਰਿਹਾ ਉਹ ਤਾਂ ਇੰਨੀ ਮਾੜੀ ਮੈਂ ਕਿਹਾ ਉਹ ਤਾਂ ਅੱਗ ਲਾ ਦੂ ਪਟਿਆਲੇ ਚ ਜੇ ਉਸਤਾਦ ਮੇਰੀ ਜੇ ਤੂੰ ਉਹ ਲਾਲ ਪਾਲੀ ਤੇ ਮੈਂ ਪਿੰਕ ਪਾਲੀ ਜੁੱਤੀ ਪਟਿਆਲੇ ਚ ਗੇੜਾ ਦਿੱਤਾ ਮੈਂ ਗਿੰਨੂ ਨੂੰ ਇਹ ਕਿਹਾ ਤੂੰ ਗੁਲਾਬਾਂ ਦੀ ਕੀ ਗੱਲ ਕਰਦੀ ਹੈ ਜੱਟੀਏ ਜੱਟ ਆ ਪਿਗਲਾ ਬਣ ਕੇ ਆਊਗਾ ਜੱਟ ਆਪ ਗੁਲਾਬ ਬਣ ਕੇ ਆਇਆ ਹਿੰਮਤ ਹੈ ਦੇਖੋ ਮੇਰੀ ਗੁਲਾਬ ਬਣ ਕੇ ਮੈਂ ਕਾਲਜ ਚ ਘੁੰਮਿਆ ਬੋਲਣਾ ਕਿਸੇ ਦੀ ਪਰਸਨੈਲਿਟੀ ਤੇ ਕੋਈ ਗਲਤ ਜੱਜ ਨਾ ਕਰਿਆ ਕਰੋ
ਠੀਕ ਹੈ ਸਾਰੇ ਆਪਦੀ ਜਗ੍ਹਾ ਵਧੀਆ ਹੁੰਦੇ ਨੇ ਉਦੋਂ ਮੈਨੂੰ ਆਪਦੇ ਆਪ ਨੂੰ ਆਪ ਵਧੀਆ ਲੱਗਦਾ ਹੁੰਦਾ ਸੀ ਇਹੀ ਹੁੰਦਾ ਪਿਆਰ ਘਰ ਵਾਲੀ ਤੇ ਘਰ ਵਾਲੇ ਚ ਕੁਛ ਮਰਜ਼ੀ ਕਿਹਾ ਜਾਂ ਮਰਜ਼ੀ ਲੱਗਦਾ ਸਾਥ ਦੇਣਾ ਜਨਾਬ ਸਾਥ ਦੇਣਾ ਆਪਾਂ ਪੂਰਾ बाबे बंद कर दे हुण बहुत लंबी फिर बीट ते लाके देख लिया करो जो ओदू जे ओदू भी पक्के आड़ी हो फिर रात नूं रिपीट ते लाके छड़ दे करो सारे पिंड दे लोकां दे फोनां ते आ वीडियो लवा के छड़ दे करो थैंक यू सो मच इन्ना प्यार देने लई यू गाइज आर अमेजिंग जिदा कि मैं हमेशा कहनी हाँ एंड प्लीज ये वीडियो देख लियो पूरी ते असीं तुहानूं मिलदे आं अगली वीडियो च बाय।